ਚੀਨੀ ਦੇ ਥੈਲਿਆਂ ਦੇ ਨਾਲ ਭਰਿਆ ਇੱਕ ਟਰੱਕ ਪੁਲ ਤੋਂ ਹੇਠਾਂ ਡਿੱਗਿਆ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਟਰੱਕ ਦਾ ਵੱਡਾ ਨੁਕਸਾਨ ਹੋਇਆ ਤੇ ਗਨੀਮਤ ਰਹੀ ਹੈ ਕਿ ਇਸ ਦੇ ਵਿੱਚ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ। ਤਾਂ ਦੱਸ ਦਈਏ ਕਿ ਇੱਕ ਚੀਨੀ ਦੇ ਥੈਲਿਆਂ ਦੇ ਨਾਲ ਭਰਿਆ ਹੋਇਆ ਇਹ ਟਰੱਕ ਸੀ, ਅਚਾਨਕ ਹੀ ਇਸਦਾ ਪਹਿਲਾਂ ਟਾਇਰ ਫਟ ਜਾਂਦਾ ਹੈ। ਟਾਇਰ ਫਟਣ ਤੋਂ ਬਾਅਦ ਕਿਹਾ ਜਾ ਰਿਹਾ ਕਿ ਇਹ ਟਰੱਕ ਬੇਕਾਬੂ ਹੁੰਦਾ ਹੋਇਆ ਸਿੱਧਾ ਹੀ ਪੁਲ ਤੋਂ ਹੇਠਾਂ ਡਿੱਗ ਜਾਂਦਾ ਹੈ। ਹਾਲਾਂਕਿ ਜਦੋਂ ਇਹ ਹੇਠਾਂ ਡਿੱਗਣ ਲੱਗਦਾ ਹੈ ਤਾਂ ਇਸਦੀ ਜੋ ਤੇਲ ਵਾਲੀ ਟੈਂਕੀ ਹੈ ਉਸਦੇ ਵਿੱਚ ਪਹਿਲਾਂ ਅੱਗ ਲੱਗਦੀ ਹੈ। ਹਾਲਾਂਕਿ ਮੌਕੇ ਦੇ ਉੱਤੇ ਰਾਹਗੀਰਾਂ ਦੇ ਵੱਲੋਂ ਅੱਗ ਦੇ ਉੱਤੇ ਕਾਬੂ ਪਾਇਆ ਜਾਂਦਾ, ਪਰ ਗਨੀਮਤ ਰਹਿੰਦੀ ਹੈ ਕਿ ਟਰੱਕ ਦੇ ਵਿੱਚ ਅੱਗ ਨਹੀਂ ਲੱਗਦੀ, ਮੌਕੇ ਦੇ ਉੱਤੇ ਇਸ ਨੂੰ ਕਾਬੂ ਪਾ ਲਿਆ ਜਾਂਦਾ ਹੈ। ਤਾਂ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਚੀਨੀ ਦੇ ਥੈਲਿਆਂ ਦੇ ਨਾਲ ਭਰਿਆ ਇੱਕ ਟਰੱਕ ਪੁਲ ਤੋਂ ਹੇਠਾਂ ਡਿੱਗ ਗਿਆ। ਗਨੀਮਤ ਰਹੀ ਕਿ ਇਸ ਦੇ ਵਿੱਚ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਦੱਸਿਆ ਜਾ ਰਿਹਾ ਕਿ ਇਹ ਚੀਨੀ ਦੇ ਥੈਲਿਆਂ ਦੇ ਨਾਲ ਭਰਿਆ ਹੋਇਆ ਸੀ। ਹਾਲਾਂਕਿ ਪਹਿਲਾਂ ਇਸਦਾ ਟਾਇਰ ਫਟਦਾ ਅਤੇ ਉਸ ਤੋਂ ਬਾਅਦ ਦੇ ਵਿੱਚ ਬੇਕਾਬੂ ਹੁੰਦਾ ਹੋਇਆ ਪੁਲ ਦੀ ਰੇਲਿੰਗ ਨੂੰ ਤੋੜਦਾ ਹੋਇਆ ਪੁਲ ਤੋਂ ਹੇਠਾਂ ਡਿੱਗ ਜਾਂਦਾ। ਤਾਂ ਹਾਦਸੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਕਿ ਜੋ ਟਰੱਕ ਹੈ ਉਹ ਮੁੱਦੇ ਮੂੰਹ ਡਿੱਗਿਆ ਹੋਇਆ, ਹਾਲਾਂਕਿ ਜੋ ਇਸ ਦੇ ਵਿੱਚ ਚੀਨੀ ਦੇ ਥੈਲੇ ਨੇ ਉਹ ਵੀ ਨਜ਼ਰ ਆ ਰਹੇ ਨੇ। ਫਿਲਹਾਲ ਹੁਣ ਇਸ ਨੂੰ ਸਿੱਧਾ ਕਰਨ ਦੀ ਕੋਸ਼ਿਸ਼ਾਂ ਜੋ ਨੇ ਉਹ ਕੀਤੀਆਂ ਜਾ ਰਹੀਆਂ ਨੇ। ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਲਾਗੇ ਜਿਹੜੇ ਖੇਤਾਂ 'ਚ ਕੰਮ ਕਰਦੇ ਉਹ ਆਉਂਦੇ ਵੀ ਟਾਇਰ ਪਾਟਾ ਪਹਿਲਾਂ ਗੱਡੀ ਦਾ, ਹਾਂਜੀ ਟਾਇਰ ਪਾਟਣ ਦੇ ਨਾਲ ਹੋਏ ਅਤੇ ਕਿੱਦਾਂ ਗੱਡੀ ਕਿੰਨੀ ਕੁ ਸਪੀਡ 'ਤੇ ਆ ਰਹੀ ਗੱਡੀ? ਇਹ ਮੂਲੀ ਜਿਹੜੀਆਂ 50-55 ਤੇ ਚੱਲਦੀਆਂ ਹੀ ਆ, ਇਹਦੋਂ ਥੱਲੇ ਤਾਂ ਕੋਈ ਇਹਨਾਂ ਦਾ ਮੋਸ਼ਨ ਹੀ ਨਹੀਂ ਬਣਦਾ। ਅਤੇ ਅੱਗ ਵੀ ਲੱਗੀ ਕਿੰਨੇ ਟਾਇਰ? ਹਾਂਜੀ ਹਾਂਜੀ ਅੱਗ ਵੀ ਲੱਗੀ। ਫਿਰ ਰੇਲਿੰਗ ਤੋਂ ਡਿੱਗੀ, ਬਚਾਅ ਤੁਹਾਡਾ ਬਚਾਅ ਗਿਆ ਇਕੱਲੇ ਉਹ ਨਾਲ ਹੋਰ ਕੋਈ? ਨਹੀਂ ਨਹੀਂ ਉਹ ਲੜਕਾ ਸੀ ਮੇਰਾ। ਕਿੱਥੋਂ ਕਿੱਥੇ ਆ ਰਹੇ ਤੁਸੀਂ? ਕਿੱਥੋਂ? ਅਸੀਂ ਕਰਨਾਲ ਲਾਗੋਂ ਇੰਦਰੀ ਤੋਂ ਆਉਂਦੇ ਹਾਂ। ਅੱਛਾ, ਕਿੱਥੇ ਜਾਣਾ ਹੈ? ਅਸੀਂ ਹੈਲੋ ਇੱਕ ਮਿੰਟ ਕਿੱਥੇ ਜਾਣਾ? ਹਾਂਜੀ ਇੱਥੇ ਅੰਮ੍ਰਿਤਸਰ। ਹੁਣ ਇਹਨੂੰ ਚੁੱਕਣ ਵਾਸਤੇ ਕੋਈ ਕਿਹਾ ਪਿੱਛੇ ਦਿੱਤੀ ਜਾਣਕਾਰੀ? ਜਾਣਕਾਰੀ ਦਿੱਤੀ? ਜਾਣਕਾਰੀ ਜਿਹਦੇ ਇੱਥੇ ਪੁੱਛ ਗਿੱਛ ਵਾਲੇ ਪੁਲਿਸ ਵਾਲੇ ਆ ਜਾਂਦਾ ਕਦੀ, ਕੋਈ ਮਹਿਕਮਾ ਕਦੀ ਕੋਈ, ਅਜੇ ਕੋਈ ਜਾਣਕਾਰੀ ਦਿੱਤੀ ਨਹੀਂ। ਇੱਥੇ ਲਾਗੇ ਪੱਠੇ ਨਜ਼ਦੀਕ ਵੱਢਦੇ ਸੀ ਅਤੇ ਟਾਇਰ ਫਟਣ ਕਾਰਨ ਯਾਨੀ ਕਿ ਇਹ ਹਾਦਸਾ ਹੋਇਆ। ਜਦੋਂ ਤੁਸੀਂ ਆ ਕੇ ਵੇਖਿਆ ਟਰੱਕ ਡਿੱਗਾ ਹੋਇਆ? ਹਾਂਜੀ ਟਰੱਕ ਡਿੱਗਾ ਹੈ ਅਤੇ ਟਰੱਕ ਨੂੰ ਟੈਂਕੀ ਫਟਣ ਦੇ ਨਾਲ ਯਾਨੀ ਕਿ ਅੱਗ ਵੀ ਲੱਗੀ ਹੋਈ ਸੀ ਅਤੇ ਨਹਿਰ ਤੋਂ ਪਾਣੀ ਭਰ ਕੇ ਜਾਂਦੇ ਉਹ ਅੱਗ ਬੁਝਾਈ। ਚੀਨੀ ਦੇ ਥੈਲਿਆਂ ਦੇ ਨਾਲ ਭਰਿਆ ਇੱਕ ਟਰੱਕ ਪੁਲ ਤੋਂ ਹੇਠਾਂ ਡਿੱਗਿਆ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਟਰੱਕ ਦਾ ਵੱਡਾ ਨੁਕਸਾਨ ਹੋਇਆ ਅਤੇ ਗਨੀਮਤ ਰਹੀ ਹੈ ਕਿ ਇਸ ਦੇ ਵਿੱਚ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ। ਤਾਂ ਦੱਸ ਦਈਏ ਕਿ ਇੱਕ ਚੀਨੀ ਦੇ ਥੈਲਿਆਂ ਦੇ ਨਾਲ ਭਰਿਆ ਹੋਇਆ ਇਹ ਟਰੱਕ ਸੀ, ਅਚਾਨਕ ਹੀ ਇਸਦਾ ਪਹਿਲਾਂ ਟਾਇਰ ਫਟ ਜਾਂਦਾ। ਟਾਇਰ ਫਟਣ ਤੋਂ ਬਾਅਦ ਕਿਹਾ ਜਾ ਰਿਹਾ ਕਿ ਇਹ ਟਰੱਕ ਬੇਕਾਬੂ ਹੁੰਦਾ ਹੋਇਆ ਸਿੱਧਾ ਹੀ ਪੁਲ ਤੋਂ ਹੇਠਾਂ ਡਿੱਗ ਜਾਂਦਾ। ਹਾਲਾਂਕਿ ਜਦੋਂ ਇਹ ਹੇਠਾਂ ਡਿੱਗਣ ਲੱਗਦਾ ਤਾਂ ਇਸਦੀ ਜੋ ਤੇਲ ਵਾਲੀ ਟੈਂਕੀ ਹੈ ਉਸਦੇ ਵਿੱਚ ਪਹਿਲਾਂ ਅੱਗ ਲੱਗਦੀ ਹੈ। ਹਾਲਾਂਕਿ ਮੌਕੇ ਦੇ ਉੱਤੇ ਰਾਹਗੀਰਾਂ ਦੇ ਵੱਲੋਂ ਅੱਗ ਦੇ ਉੱਤੇ ਕਾਬੂ ਪਾਇਆ ਜਾਂਦਾ, ਪਰ ਗਨੀਮਤ ਰਹਿੰਦੀ ਹੈ ਕਿ ਟਰੱਕ ਦੇ ਵਿੱਚ ਅੱਗ ਨਹੀਂ ਲੱਗਦੀ, ਮੌਕੇ ਦੇ ਉੱਤੇ ਇਸ ਨੂੰ ਕਾਬੂ ਪਾ ਲਿਆ ਜਾਂਦਾ। ਤਾਂ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਚੀਨੀ ਦੇ ਥੈਲਿਆਂ ਦੇ ਨਾਲ ਭਰਿਆ ਇੱਕ ਟਰੱਕ ਪੁਲ ਤੋਂ ਹੇਠਾਂ ਡਿੱਗ ਗਿਆ। ਗਨੀਮਤ ਰਹੀ ਕਿ ਇਸ ਦੇ ਵਿੱਚ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਦੱਸਿਆ ਜਾ ਰਿਹਾ ਕਿ ਇਹ ਚੀਨੀ ਦੇ ਥੈਲਿਆਂ ਦੇ ਨਾਲ ਭਰਿਆ ਹੋਇਆ ਸੀ। ਹਾਲਾਂਕਿ ਪਹਿਲਾਂ ਇਸਦਾ ਟਾਇਰ ਫਟਦਾ ਅਤੇ ਉਸ ਤੋਂ ਬਾਅਦ ਦੇ ਵਿੱਚ ਬੇਕਾਬੂ ਹੁੰਦਾ ਹੋਇਆ ਪੁਲ ਦੀ ਰੇਲਿੰਗ ਨੂੰ ਤੋੜਦਾ ਹੋਇਆ ਪੁਲ ਤੋਂ ਹੇਠਾਂ ਡਿੱਗ ਜਾਂਦਾ। ਤਾਂ ਹਾਦਸੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਕਿ ਜੋ ਟਰੱਕ ਹੈ ਉਹ ਮੁੱਦੇ ਮੂੰਹ ਡਿੱਗਿਆ ਹੋਇਆ, ਹਾਲਾਂਕਿ ਜੋ ਇਸ ਦੇ ਵਿੱਚ ਚੀਨੀ ਦੇ ਥੈਲੇ ਨੇ
ਉਹ ਵੀ ਨਜ਼ਰ ਆ ਰਹੇ ਨੇ। ਫਿਲਹਾਲ ਹੁਣ ਇਸ ਨੂੰ ਸਿੱਧਾ ਕਰਨ ਦੀ ਕੋਸ਼ਿਸ਼ਾਂ ਜੋ ਨੇ ਉਹ ਕੀਤੀਆਂ ਜਾ ਰਹੀਆਂ ਨੇ। ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਲਾਗੇ ਜਿਹੜੇ ਖੇਤਾਂ 'ਚ ਕੰਮ ਕਰਦੇ ਉਹ ਆਉਂਦੇ ਵੀ ਟਾਇਰ ਪਾਟਾ ਪਹਿਲਾਂ ਗੱਡੀ ਦਾ, ਹਾਂਜੀ ਟਾਇਰ ਪਾਟਣ ਦੇ ਨਾਲ ਹੋਏ ਤੇ ਕਿੱਦਾਂ ਗੱਡੀ ਕਿੰਨੀ ਸਪੀਡ 'ਤੇ ਆ ਰਹੀ ਗੱਡੀ? ਇਹ ਮੂਲੀ ਜਿਹੜੀਆਂ 50-55 ਤੇ ਚੱਲਦੀਆਂ ਹੀ ਆ, ਇਹਦੋਂ ਥੱਲੇ ਤੇ ਕੋਈ ਇਹਨਾਂ ਦਾ ਮੋਸ਼ਨ ਹੀ ਨਹੀਂ ਬਣਦਾ। ਅਤੇ ਅੱਗ ਵੀ ਲੱਗੀ ਕਿੰਨੇ ਟਾਇਰਾਂ? ਹਾਂਜੀ ਹਾਂਜੀ ਅੱਗ ਵੀ ਲੱਗੀ। ਫਿਰ ਰੇਲਿੰਗ ਤੋਂ ਡਿੱਗੀ, ਬਚਾਅ ਤੁਹਾਡਾ ਬਚਾਅ ਗਿਆ ਇਕੱਲੇ ਉਹ ਨਾਲ ਹੋਰ ਕੋਈ? ਨਹੀਂ ਨਹੀਂ ਉਹ ਲੜਕਾ ਸੀ ਮੇਰਾ। ਕਿੱਥੋਂ ਕਿੱਥੇ ਆ ਰਹੇ ਤੁਸੀਂ? ਕਿੱਥੋਂ? ਅਸੀਂ ਕਰਨਾਲ ਦਾ ਗੋਹਿੰਦਰੀ ਤੋਂ ਆਉਂਦੇ ਹਾਂ। ਅੱਛਾ, ਕਿੱਥੇ ਜਾਣਾ ਹੈ? ਅਸੀਂ ਹੈਲੋ ਇੱਕ ਮਿੰਟ ਕਿੱਥੇ ਜਾਣਾ ਹੈ? ਹਾਂਜੀ ਇੱਥੇ ਅੰਮ੍ਰਿਤਸਰ। ਹੁਣ ਇਹਨੂੰ ਚੁੱਕਣ ਵਾਸਤੇ ਕੋਈ ਕਿਹਾ ਪਿੱਛੇ ਦਿੱਤੀ ਜਾਣਕਾਰੀ? ਜਾਣਕਾਰੀ ਦਿੱਤੀ? ਜਾਣਕਾਰੀ ਜਿਹਦੇ ਇੱਥੇ ਪੁੱਛ ਗਿੱਛ ਵਾਲੇ ਪੁਲਿਸ ਵਾਲੇ ਆ ਜਾਂਦਾ ਕਦੀ, ਕੋਈ ਮਹਿਕਮਾ ਦਾ ਕੋਈ ਅਜੇ ਕੋਈ ਜਾਣਕਾਰੀ ਦਿੱਤੀ ਨਹੀਂ। ਇੱਥੇ ਲਾਗੇ ਪੱਠੇ ਨਜ਼ਦੀਕ ਵੱਢਦੇ ਸੀ ਅਤੇ ਟਾਇਰ ਫਟਣ ਕਾਰਨ ਯਾਨੀ ਕਿ ਇਹ ਹਾਦਸਾ ਹੋਇਆ। ਜਦੋਂ ਤੁਸੀਂ ਆ ਕੇ ਵੇਖਿਆ ਟਰੱਕ ਡਿੱਗਾ ਹੋਇਆ? ਹਾਂਜੀ ਟਰੱਕ ਡਿੱਗਾ ਹੋਇਆ ਅਤੇ ਟਰੱਕ ਨੂੰ ਟੈਂਕੀ ਫਟਣ ਦੇ ਨਾਲ ਯਾਨੀ ਕਿ ਅੱਗ ਵੀ ਲੱਗੀ ਹੋਈ ਸੀ ਅਤੇ ਨਹਿਰ ਤੋਂ ਪਾਣੀ ਭਰ ਕੇ ਜਾਣ 'ਤੇ ਉਹ ਅੱਗ ਬੁਝਾਈ।